ਸੀ ਪੀ ਸਾਹਿਬ ਡੀ ਸੀ ਸਾਹਿਬ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਅਨਮੋਲ ਮੈਮੀ ਤੇ ਜੋ ਵੀ ਕਾਰਵਾਈ ਹੁੰਦੀ ਆ ਔਰ ਸੋਚ ਕੇ ਉਹਦਾ ਮਤਲਬ ਕਿ ਕੈਰੀਅਰ ਨਾ ਖਰਾਬ ਹੋਵੇ ਕਿ ਅੱਗੇ ਫਿਊਚਰ ਦੇ ਵਿੱਚ ਉਹਨੂੰ ਪ੍ਰੋਬਲਮ ਨਾ ਹੋਵੇ ਕੋਈ ਤੇ ਸੋਸ਼ਲ ਐਕਟੀਵਿਟੀ ਦੇ ਵਿੱਚ ਵੀ ਸਾਡੇ ਨਾਲ ਰਹੇ ਆਵਾ ਕਿਸੇ ਵੀ ਲੜਾਈ ਝਗੜੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਐਕਟੀਵਿਟੀਆਂ ਦੇ ਵਿੱਚ ਇਹਨਾਂ ਦਾ ਕੋਈ ਨਾਮ ਆਇਆ ਹੈਗਾ ਕਾਲਜ ਦੇ ਵਿੱਚ ਜਿਹੜਾ ਕਿ ਅ ਅਨਥਰਾਇਜ਼ ਹੋਵੇ ਨਹੀਂ ਸਰ ਅਨਮੋਲ ਮੈਂ ਦਾ ਕੋਈ ਏਦਾਂ ਦਾ ਸਾਡੇ ਕੋਈ ਕਾਲਜ 'ਚ ਏਦਾਂ ਦੀ ਨਹੀਂ ਆਇਆ ਵਾ ਤੇ ਸੋਸ਼ਲ ਐਕਟੀਵਿਟੀ ਦੇ ਵਿੱਚ ਸਖੋ ਨਾਲ ਲਿਆ ਵਾ ਬਲੱਡ ਕੈਂਪ ਲਗਾਇਆ ਸੀਗਾ ਉਹਦੇ ਵਿੱਚ ਵੀ ਸਾਡੇ ਨਾਲ ਰਹੇ ਆ ਤੇ ਹੋਰ ਵੀ ਜੋ ਐਕਟੀਵਿਟੀ ਹੁੰਦੀ ਆ ਮੁੰਡਾ ਵਧੀਆ ਨਾਲ ਰਿਹਾ ਵਾ ਇਹ ਦਦਈ ਨੇ ਕੋਈ ਗੱਲ ਇਹ ਸੀਗੇ ਜੀ ਇਹ ਇਹ ਸੀਗੇ ਜੀ ਸਾਡੇ ਡੀਏਵੀ ਕਾਲਜ ਦੇ ਪ੍ਰੈਜ਼ੀਡੈਂਟ ਤੇ ਇਹਨਾਂ ਨੇ ਅੱਜ ਬੜੀ ਖੁੱਲ ਕੇ ਸਾਡੇ ਨਾਲ ਗੱਲ ਕੀਤੀ ਹੈਗੀ ਇਹ ਅਨਮੋਲ ਮੈਮੀ ਦੇ ਬਾਰੇ ਕਿ ਇਹਨਾਂ ਦਾ ਕਹਿਣਾ ਹੈ ਜੀ ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਸਾਡੇ ਨਾਲ ਰਹੇ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਲੜਾਈ ਝਗੜਾ ਨਹੀਂ ਦੇਖਣ ਨੂੰ ਮਿਲਿਆ ਇਹਨਾਂ ਦਾ ਕਹਿਣ ਦਾ ਕਾਫੀ ਇਹਨਾਂ ਨੇ ਗੱਲ ਵੱਲ ਜ਼ੋਰ ਦਿੱਤਾ ਕਿ ਮੈਂ ਵੀ ਵੀਡੀਓ ਦੇਖੀ ਤੇ ਮੇਰੇ ਸਾਡੇ ਜਿਹੜੇ ਪ੍ਰੋਫੈਸਰ ਨੇ ਉਹਨਾਂ ਨੇ ਵੀ ਵੀਡੀਓ ਦੇਖੀ ਹੈਗੀ ਉਹਨਾਂ ਉਹਨਾਂ ਨਾਲ ਵੀ ਇਹਨਾਂ ਦੀ ਕਾਫੀ ਗੱਲ ਹੋਈ ਹੈ ਕਿ ਜ਼ਿਆਦਾਤਰ ਕਰੇ ਕਿ ਘਬਰਾ ਕੇ ਉਹਨੇ ਗੱਡੀ ਜਿਹੜੀ ਹੈਗੀ ਉਹਦੇ ਕੋ ਖਬਰਾੜ ਦੇ ਵਿੱਚ ਗੱਡੀ ਅੱਗੇ ਚਲੀ ਗਈ ਹੈਗੀ ਇਹ ਕਿ ਉਹਦਾ ਕੋਈ ਇਹੋ ਜੀ ਇੰਟੈਂਸ਼ਨ ਨਹੀਂ ਸੀਗੀ ਬਾਕੀ ਇਹ ਰਿਕੁਐਸਟ ਕਰ ਰਹੇ ਨੇ ਪ੍ਰਸ਼ਾਸਨ ਦੇ ਅੱਗੇ ਸੀਪੀ ਸਾਹਿਬ ਅੱਗੇ ਰਿਕੁਐਸਟ ਕਰ ਰਹੇ ਨੇ ਡੀਸੀ ਸਾਹਿਬ ਅੱਗੇ ਰਿਕੁਐਸਟ ਕਰ ਰਹੇ ਨੇ ਕਿ ਜਿਹੜੀਆਂ ਤੁਸੀਂ ਧਾਰਾਵਾਂ ਲਾਈਆਂ ਹੈਗੀਆਂ ਨੇ ਉਹ ਤੁਸੀਂ ਥੋੜਾ ਜਿਹਾ ਉਸ ਬਾਰੇ ਦੇਖ ਕੇ ਜੋ ਵੀ ਕਦਮ ਚੱਕਣਾ ਹੈ ਚੱਕਣਾ ਕਿ ਉਹਦਾ ਕੈਰੀਅਰ ਨਾ ਬੱਚੇ ਦਾ ਗਿਆਨ ਵਾਲੇ ਟਾਈਮ 'ਚ ਖਰਾਬ ਹੋਵੇ ਕੈਮਰਾਮੈਨ ਅਜੇ ਦੇ ਨਾਲ ਰਮਨ ਕੁਮਾਰ ਥੈਂਕ ਯੂ